ਅਸੀਗਾ ਜੀ ਸਾਰੇ ਜਣਿਆਂ ਨੂੰ ਮੈਂ ਤੁਹਾਡਾ ਆਪਣਾ ਰਮੇਸ਼ ਮੂੰਹ ਤੇ ਲਾਈਟ ਜ਼ਿਆਦਾ ਵੱਜ ਰਹੀ ਹੈ ਪਰ ਅਸੀਂ ਹੁਣੇ ਫੋਨ ਸਾਈਡ ਤੇ ਕਰਿਆ ਹਨੇਰਾ ਹੋ ਜਾਊਗਾ ਹਨੇਰਾ ਹੋ ਜਾਊਗਾ ਹਨਾ ਐ ਵਿਆਹ 'ਚ ਵੱਜਦੀ ਹੁੰਦੀ ਆ ਲਓ ਜੀ ਵੈਸੇ ਐ ਜ਼ਿਆਦਾ ਹੋ ਗਿਆ ਹਨਾ ਚੱਲ ਐਂ ਐਂ ਰੱਖ ਲੈਂਦੇ ਹਾਂ ਤੁਹਾਨੂੰ ਜ਼ਿਆਦਾ ਲੋੜ ਪੈਣੀ ਹੈ ਪਿੱਛੇ ਲਓ ਜੀ ਲਾਈਵ ਹੁਣ ਪਿੱਛੇ ਕਾਰਨ ਇਹ ਹੈ ਸਭ ਤੋਂ ਪਹਿਲਾਂ ਤਾਂ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਮੈਨੂੰ ਲੱਗਦਾ ਵਿੱਚ ਕਾਲ ਆ ਗਈ ਸੀ ਸੋਰੀ ਇੰਗਲੈਂਡ ਵਿੱਚ ਤਾਂ ਜੀ ਸਾਡੇ 6 ਵਜੇ ਨੇ ਹਲੇ ਪਰ ਇੰਡੀਆ 6 ਸਾਡੇ ਇੰਗਲੈਂਡ 'ਚ ਅਸੀਂ ਜਿੱਥੇ ਇਸ ਵੇਲੇ ਹਾਂ ਉਸ ਥਾਂ ਤੇ ਯਾਨੀ ਇੰਗਲੈਂਡ 'ਚ 6 ਵਜੇ ਨੇ ਇੰਡੀਆ ਰਾਤ ਜ਼ਿਆਦਾ ਹੋ ਗਈ ਹੋਣੀ ਆ ਪਰ ਸੁੱਖ ਨਾਲ ਲਾਈਵ ਸਾਰੇ ਜਣੇ ਹੋ ਗਏ 1000 ਬੰਦਾ ਦੇਖਣ ਲੱਗ ਗਿਆ ਜੀ ਆਪਾਂ ਨੂੰ ਆਲਰੇਡੀ ਕੀ ਬਾਤ ਹੈ ਜਿੰਨੇ ਸੱਜਣ ਮਿੱਤਰ ਨੇ ਜੀ ਗੁਰਸਿਮਨ ਬਰਾੜਵੀਰਾ ਰੁਪਿੰਦਰ ਸਿੰਘ ਜੀ ਲੱਕੀ ਸ਼ਾਹ ਜੀ ਜਾਂ ਸ਼ਿਵਾਲੀਆ ਬਾਈ ਅਨਿਲ ਗਗਨ ਜਿੰਨੇ ਸੱਜਣ ਮਿੱਤਰ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲਾਈਵ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਦਾ ਨਾਲ ਹੈ ਗੋਲਡੀ ਵੀਰਾ ਕੀ ਹਾਲ ਹੈ ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਬਹੁਤ ਇੰਜੋਏ ਕਰ ਰਹੇ ਹਾਂ ਇੰਗਲੈਂਡ ਦੇ ਪੂਰੇ ਫਨ ਕਰ ਰਹੇ ਹਾਂ ਜੀ ਬਹੁਤ ਜ਼ਿਆਦਾ ਤੇ ਨਾਲ ਸਾਡੇ ਸੱਤਾ ਕਿਵੇਂ ਆ ਸੱਤੇ ਵਧੀਆ ਜੀ ਵਧੀਆ ਹੁਣ ਸਤਪਾਲ ਕੱਲ ਪਰਸੀ ਆ ਸਾਡੇ ਕੋਲੇ ਸੋ ਕੁਝ ਕਹਿਣਾ ਚਾਹੁੰਦੇ ਸਤਪਾਲ ਜੀ ਅੱਜ ਕਰਾਈ ਆ ਨੇ ਗੋਰੀ ਤੋਂ ਪੋਨੀ ਸਤਪਾਲ ਨੇ ਆਪਦਾ ਆਪਣਾ ਕੀ ਕਹਿੰਦੇ ਨੇ ਹੇਅਰ ਸਟਾਈਲ ਕਰਾ ਇੱਕ ਇੱਕ ਸੈਕਿੰਡ ਲਈ ਹੋਲਡ ਕਰਿਓ ਹਾਂਜੀ ਤੇ ਕਿਹਦੇ ਗੱਲ ਦਾ ਖਗੜੇ ਆ ਪਰ ਮੈਂ ਕੁਝ ਵੀ ਨਹੀਂ ਗਿਆ ਹੁਣ ਤੁਸੀਂ ਉਹ ਸਨੈਪਚੈਟ ਤੁਸੀਂ ਦੇਖਿਆ ਹੀ ਆ ਆਪ ਤੁਸੀਂ ਸਨੈਪਚੈਟ ਆ ਬਣਾ ਓਕੇ ਲਓ ਜੀ ਮੈਂ ਹੁਣ ਬਸ ਆਪਾਂ ਪੁਆਇੰਟ ਤੇ ਆਈਏ ਕਿਉਂਕਿ ਗੋਲਡੀ ਵੀਰਾ ਖੁੱਲ ਗਿਆ ਤੇ ਜੀ ਆ ਉਹ ਟਲ ਜੋ ਤੁਸੀਂ ਟਲ ਜੋ ਓਕੇ ਜੀ ਆਪਾਂ ਪੁਆਇੰਟ ਤੇ ਆਉਂਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਕਹਿ ਦੇ ਕਿ 28 ਤਰੀਕ ਨੂੰ ਆਪਣਾ ਨਹੀਂ 26 ਤਰੀਕ ਨੂੰ ਗਾਣਾ ਆ ਰਿਹਾ ਜੀ ਰੋਸ਼ਨ ਪ੍ਰਿੰਸ ਵੀਰੇ ਦਾ ਮੁੱਲ ਪੁੱਤ ਦਾ ਗਾਣਾ ਲਿਖਿਆ ਸਾਡੇ ਭਰਾ ਕਾਬਲ ਸਰੂਪ ਨੇ ਮਿਊਜ਼ਿਕ ਕੀਤਾ ਸਾਡੇ ਵੀਰੇ ਦੇਸੀ ਕਰੂ ਨੇ ਤੇ ਅਗਲਾ 28 ਤਰੀਕ ਨੂੰ ਗਾਣਾ ਆ ਜਾਊਗਾ ਜੀ ਮੁੱਛ ਰੱਖੀਆ ਜੋਰਡਨ ਸੰਧੂ ਬਾਈ ਦਾ ਤੇ ਉਹ ਜੋਰਡਨ ਸੰਧੂ ਦਾ ਲਾਈਵ ਨਾਂ ਨਹੀਂ ਲਿਖਿਆ ਹਨਾ ਉੱਤੇ ਉਹ ਸੌਰੀ ਉਹ ਮੈਂ ਐਡਿਟ ਕਰਦਾ ਜੋਰਡਨ ਵੀਰੇ ਦਾ ਗਾਣਾ ਆ ਰਿਹਾ ਜੀ ਮੁੱਛ ਰੱਖੀਆ ਉਹਦੇ ਲਿਰਿਕਸ ਵੀ ਨੇ ਜਿਹੜੇ ਉਹ ਕਾਬਲ ਵੀਰੇ ਦੇ ਨੇ ਤੇ ਮਿਊਜ਼ਿਕ ਦੇਸੀ ਕਰੂ ਦਾ ਤੇ ਦੋਨੋਂ ਗਾਣੇ ਵਾਈਟ ਹਿੱਲ ਤੋਂ ਆ ਰਹੇ ਨੇ ਦੋਨਾਂ ਦੀ ਵੀਡੀਓ ਮੈਂ ਕੀਤੀ ਹੈ ਤੇ ਤੁਸੀਂ ਦੋਨਾਂ ਗਾਣਿਆਂ ਨੂੰ ਓਨਾ ਹੀ ਪਿਆਰ ਦੇਣਾ ਠੀਕ ਹੈ ਜੀ ਤੇ 26 ਤਰੀਕ ਤੇ 28 ਤਰੀਕ ਨੂੰ ਤੁਸੀਂ ਪਲੀਜ਼ ਲੌਕ ਰੱਖਿਓ ਭਈ ਇੰਗਲਿਸ਼ 26 ਤਰੀਕ ਤੇ 28 ਤਰੀਕ ਤੁਸੀਂ ਹੁਣ ਆਪਦੀਆਂ ਫੇਸਬੁੱਕ ਵਾਲਾਂ ਨੂੰ ਤੇ ਆਪਦੇ ਫੋਨਾਂ ਨੂੰ ਤੇ ਟਾਈਮ ਵਿਹਲਾ ਰੱਖਣਾ ਹੀ ਸਾਡੇ ਲਈ ਸਾਡੇ ਦੋ ਬੜੇ ਖੂਬਸੂਰਤ ਗਾਣੇ ਆਉਣਗੇ ਤੁਸੀਂ ਉਹਨਾਂ ਨੂੰ ਪੂਰਾ ਸ਼ੇਅਰ ਕਰਨਾ ਪਿਆਰ ਕਰਨਾ ਜਿਵੇਂ ਤੁਸੀਂ ਸਾਡੇ ਬਾਕੀ ਸਾਰੇ ਗਾਣਿਆਂ ਨੂੰ ਪਿਆਰ ਦਿੰਦੇ ਹੋ ਜੀ ਤਿੰਨ ਪੈਗ ਨੂੰ ਇੰਨਾ ਜ਼ਿਆਦਾ ਸਕਸੈਸਫੁਲ ਬਣਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਖਿਆਲ ਨਾਲ 4 ਕੁ ਦਿਨਾਂ 'ਚ ਉਹਦੇ 4.5 ਮਿਲੀਅਨ ਵਿਊ ਹੋ ਗਏ ਤੇ ਹੋਰ ਵੀ ਗਾਣਾ ਐਵੇਂ ਅੱਗੇ ਚੱਲ ਰਿਹਾ ਤਿੰਨ ਪੈਗ ਤੇ ਸ਼ਿਕਵਾ ਮਣੀ ਸੰਧੂ ਵੀਰੇ ਦਾ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਤੇ ਗਿਰਿਕ ਵੀਰੇ ਦਾ ਗਾਣਾ ਜੀ ਆਪਣਾ ਬਿਗ ਬੌਸ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਜੀ ਥੈਂਕ ਯੂ ਸੋ ਮੱਚ ਹੁਣ ਗੋਲਡੀ ਵੀਰੇ ਗੱਲ ਕਰਨੀ ਚਾਹੁੰਦੇ ਸੀ ਨਾਮ ਲੈ ਦਿਓ ਜਿਹੜੇ ਨੀਚੇ ਨੇ ਟੈਡੀ ਹੋਰਾਂ ਦਾ ਵੀ ਆ ਰਿਹਾ ਗਗਨ ਆਪਣਾ ਟੈਡੀ ਸਿੰਘ ਆਇਆ ਭਾਈ ਮੈਂ ਕਰਦਾ ਤੇ ਮੈਂ ਪਤਾ ਕੀ ਕਹਿਣਾ ਸੀਗਾ ਹਾਂਜੀ ਪਰੂ ਵੀ ਸਾਰੇ ਇਹਨਾਂ ਦੇ ਜਿਹੜੇ ਵੀ ਸਾਡੇ ਗਾਣੇ ਆ ਰਹੇ ਨੇ ਤੇ ਸਾਰੇ ਨੇ ਦੱਬ ਕੇ ਪਿਆਰ ਦੇ ਨਾਲ ਦੱਬ ਕੇ ਸਪੋਰਟ ਕਰਨੀ ਆ ਤੇ ਆਪਣਾ ਗਾਣਾ ਵੀ ਆ ਰਿਹਾ ਤੇਰੀ ਕਮਲੀ ਗਾਣਾ ਆ ਰਿਹਾ ਉਹਦੇ ਬਾਰੇ ਤਾਂ ਚਲੋ ਤੁਸੀਂ ਤੁਹਾਨੂੰ ਪਤਾ ਹੈ ਪਰਮੇਸ਼ ਕਿਉਂਕਿ ਹਾਲੇ ਇਹਨੂੰ ਫਾਈਨਲ ਕਰਨਾ ਨਹੀਂ ਹੈਗਾ ਸਾਨੂੰ ਪਤਾ ਛੇਤੀ ਛੇਤੀ ਇਹਨਾਂ ਦਾ ਗਾਣੇ ਰਿਲੀਜ਼ਿੰਗ 4-5 ਗਾਣਿਆਂ ਦੀ ਰਿਲੀਜ਼ਿੰਗ ਹੋਰ ਲੇਟ ਹੋ ਰਹੀ ਸੀ ਜੀ ਇਸ ਗੱਲ ਕਰਕੇ ਤੇਰੀ ਕਮਲੀ ਵੈਸੇ ਵੀ ਆਪਾਂ ਜੈਨ ਚ ਕਰਨਾ ਸੀਗਾ ਲੇਟ ਤਾਂ ਨਹੀਂ ਹੋ ਰਿਹਾ ਜੈਨ ਚ ਦੇਖਿਆ ਜੈਨ ਚ ਸਾਡੇ ਜਨਵਰੀ ਹੈ ਉਹ ਨਹੀਂ ਦੇਖ ਅੰਗਰੇਜ਼ੀ ਦਾ ਤਾਂ ਤੁਹਾਨੂੰ ਪਤਾ ਹੀ ਹੈ ਮੇਰਾ ਜਦੋਂ ਜਨਵਰੀ ਚ ਕਰ ਲਏ ਨੇ ਤੇ ਹੋਰ ਵੀਰੇ ਕਿਵੇਂ ਸਤਪਾਲ ਗੋਲਡੀ ਗੱਲ ਬਾਤ ਕਹਿ ਯਾਰ ਮੈਨੂੰ ਐ ਨਾ ਕਰਿਆ ਕਰੋ ਮੈਨੂੰ ਲਾਈਵ ਚ ਵਿੱਚ ਬਹੁਤ ਖਲਾ ਲੱਗਦਾ ਸਹੀ ਬੋਲਦਾ ਨਹੀਂ ਸਹੀ ਬੋਲਦਾ ਰਿਹਾ ਸੀ ਪਰ ਤੁਸੀਂ ਬੋਲੋ ਸਰ ਤੁਸੀਂ ਬਹੁਤ ਅੱਛਾ ਬੋਲਦੇ ਹੋ ਮੈਂ ਬੋਲ ਰਿਹਾ ਬਸ ਗਾਣੇ ਨੂੰ ਦੀ ਸਪੋਰਟ ਕਰਨੀ ਹੈ ਉਦੋਂ ਅੱਗੇ ਹੁਣ ਤੁਹਾਡੇ ਤੇ ਆ ਸੁਰ ਤੁਸੀਂ ਉਹ ਲਾ ਸਕਦੇ ਹੋ ਗਾਣਾ ਸੁਣਾ ਦਿਓ ਜੇਠਾ ਪੁੱਤ ਸੁਣਾ ਦਿਓ ਜੀ ਹੋ ਮਹੀਨੇ ਜੇਠ ਦੇ ਤੂੰ ਜੇਠਾ ਪੁੱਤ ਪੱਟਤਾ ਜਿਹੜਾ ਕੁੜੀਆਂ ਦੀ ਰੇਂਜ ਤੋਂ ਸੀ ਬਾਹਰ ਗੋਰੀਏ ਤੇ ਵੀਰੇ ਅਗਲਾ ਗਾਣਾ ਜੀ ਤੇਰੀ ਕਮਲੀ ਆ ਰਿਹਾ ਤੇਰੀ ਕਮਲੀ ਆਪਾਂ 3-4 ਲਾਈਵ ਤੇ ਸੁਣਾਤਾ ਹਨਾ ਹਾਂ ਉਹ ਤਾਂ ਸੁਣਾਤਾ ਫਿਰ ਹੁਣ ਯਾਰ ਤੁਹਾਨੂੰ ਬੋਰ ਹੀ ਕਰ ਆ ਨਾਲ ਸਾਡੇ ਜਸ਼ਨ ਵੀਰਾ ਜਸ਼ਨ ਦੇ ਵੀ ਗਾਣੇ ਆ ਰਹੇ ਨੇ ਜਸ਼ਨ ਦਾ ਬ੍ਰਦਰ ਜਸ਼ਨ ਦਾ ਬ੍ਰਦਰ ਤੇ ਚਿਲ ਟਾਈਮ ਚੱਲ ਰਿਹਾ ਤੇ ਜਸ਼ਨ ਦੇ ਵੀ 2-3 ਗਾਣੇ ਆ ਰਹੇ ਨੇ ਜਸ਼ਨ ਵੀ ਪੂਰਾ ਤਿਆਰ ਕਰਤਾ ਸੀ ਬੰਦਾ ਅੱਜ ਤਾਂ ਡਰਾਈਵਰ ਆ ਹਲੇ ਤਾਂ ਡਰਾਈਵਰ ਆ ਸਤਪਾਲ ਦਾ ਵੀ ਗਾਣਾ ਆ ਰਿਹਾ ਇੱਕ ਕਿਹੜਾ ਢਿੱਡ ਤੇ ਕਢਾਈ ਉਹ ਮੁੰਡਾ ਢਿੱਡ ਤੇ ਕਢਾਈ ਨਹੀਂ ਕਰਾਈ ਫਿਰਦਾ ਨਹੀਂ ਮੁੰਡਾ ਢਿੱਡ ਕਢਾਈ ਕਰਦਾ ਨਾਲ ਛਾ ਇਹ ਢਿੱਡ ਕਢਾਈ ਫਿਰਦਾ ਜਿੰਮ ਜਾ ਕੇ ਢਿੱਡ ਪਹਿਲਾਂ ਸੀ ਢਿੱਡ ਤੇ ਕਢਾਈ ਹੁਣੇ ਢਿੱਡ ਕਢਾਈ ਤੇ 1 ਤਰੀਕ ਨੂੰ ਜੋਤ ਦਾ ਵਿਆਹ ਹੈ ਜੀ ਦੱਸ ਦੇ ਇੱਕ ਵਾਰੀ ਫਿਰ ਤੋਂ ਵੀਰੇ ਦੱਸੀ ਨਾ ਮੇਰੇ ਬਾਰੇ ਦੀਆਂ ਦੋ ਲਾਈਨਾਂ ਸੁਣਾ ਦਿਓ
ਦੱਸੀ ਨਾ ਮੇਰੇ ਬਾਰੇ ਕਿਸੇ ਨੂੰ ਵੀ ਮੁਟਿਆਰੇ ਕਿ ਤੂੰ ਮੇਰੀ ਕੀ ਲੱਗਦੀ ਕੋਈ ਹੀਰ ਕਹੂਗਾ ਤੈਨੂੰ ਕੋਈ ਵਾਂਗ ਰਾਂਝਦੇ ਮੈਨੂੰ ਤਾਂ ਹੀ ਤਾਂ ਸੰਗ ਜਈ ਲੱਗਦੀ ਦੱਸੀ ਨਾ ਮੇਰੇ ਬਾਰੇ ਕਿਸੇ ਨੂੰ ਵੀ ਮੁਟਿਆਰੇ ਕਿ ਤੂੰ ਮੇਰੀ ਕੀ ਲੱਗਦੀ ਕਿਆ ਬਾਤ ਹੈ ਸਤਪਾਲ ਤੂੰ ਵੀ ਗਾਣਾ ਸੁਣਾ ਦੇ ਕੋਈ ਕਹਿੰਦਾ ਵੀਰੇ ਗਿੜੀ ਰੂਟ ਤੇ ਘੈਂਟ ਜਿਹਾ ਗਾਣਾ ਕੱਢ ਦੋ ਗਿੜੀ ਰੂਟ ਤੇ ਵੀ ਕੱਢਿਆ ਜਾਂਦਾ ਗਾਣਾ ਤੇ ਉਹ ਆ ਕਿਹਨੇ ਲਿਖਤਾ ਕੰਗ੍ਰੈਚੁਲੇਸ਼ਨਸ ਫੋਰ ਮੈਰਿਜ ਉਹ ਕੋਈ 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 ਮੈਰਿਜ ਮੂਰਿਜ ਨੀ ਇਹ ਤੁਹਾਨੂੰ ਮਿਸਕਮਿਊਨੀਕੇਸ਼ਨ ਹੋਈ ਆ ਕਿਵੇਂ ਅੱਛਾ ਜੋਤ ਦੇ ਮੈਰਿਜ ਲਈ ਮੈਂ ਕਹਿੰਦਾ ਮੈਨੂੰ ਵਧਾਈ ਦੇ ਜਾਂਦਾ ਕੋਈ ਬਾਈ ਮਨਛਿੰਦਰ ਭਾਜੀ ਵੀ ਆਨਲਾਈਨ ਹੋ ਗਏ ਕੀ ਹਾਲ ਹੈ ਮਨਛਿੰਦਰ ਵੀਰੇ ਕਿੱਥੇ ਰਹਿੰਦੇ ਤੁਸੀਂ ਅੱਜ ਕੱਲ੍ਹ ਤੇ ਜਿੰਨੇ ਵੀ ਸੱਜਣ ਮਿੱਤਰ ਆਨਲਾਈਨ ਹੋ ਰਹੇ ਨੇ ਸੋਰੀ ਤੁਹਾਡਾ ਨਾਂ ਨਹੀਂ ਲਿਆ ਜਾ ਰਿਹਾ ਜੀ ਸੰਧੂ ਪ੍ਰੀਤ ਜੀ ਰਾਹੁਲ ਅਨੰਦ ਜੀ ਹੈਰੀ ਮੈਣੀ ਵੀਰਾ ਤੇ ਹਨੀ ਸੇਖਰੀ ਵੀਰਾ ਤੇ ਜਿੰਨੇ ਵੀ ਸੱਜਣ ਨੇ ਅੱਛਾ ਲੰਡਨ 'ਚ ਜੇ ਕੋਈ ਹੈਗਾ ਇਸ ਵੇਲੇ ਤੁਸੀਂ ਲਾਈਵ ਹੈਗੇ ਹੋ ਤਾਂ ਆਪਾਂ ਕਿੱਥੇ ਚੱਲੇ ਹਾਂ ਵੈਸਟਫੀਲਡ ਜਾ ਰਹੇ ਹਾਂ ਜੀ ਅਸੀਂ ਲੰਡਨ ਸੋ ਜੇ ਕੋਈ ਆਉਣਾ ਚਾਹੁੰਦਾ ਸੱਜਣ ਮਿੱਤਰ ਇੱਥੇ ਆ ਕੇ ਸਾਨੂੰ ਮਿਲ ਲੇ ਤੇ ਅਸੀਂ ਇੱਥੇ ਅੱਧੇ ਘੰਟੇ ਤੱਕ ਪਹੁੰਚਾਂਗੇ ਅੱਧੇ ਘੰਟੇ ਤੋਂ ਇਹਦਾ GPS ਅੱਧਾ ਘੰਟਾ ਦਿਖਾ ਰਿਹਾ ਸੋ ਅਸੀਂ ਪਹੁੰਚ ਹੀ ਜਾਵਾਂਗੇ ਆਉਣ ਵਾਲੇ ਅੱਧੇ ਘੰਟੇ ਤੱਕ ਸੋ ਵੈਸਟਫੀਲਡ 'ਚ ਜੇ ਕੋਈ ਮਿਲਣਾ ਚਾਹੁੰਦਾ ਸਾਨੂੰ ਜੀ ਸਦਕੇ ਮਿਲਦਾ ਤੁਹਾਨੂੰ ਸਾਰਿਆਂ ਨੂੰ ਬਾਕੀ ਜਿਉਂਦੇ ਵਾਸਤੇ ਰਹੋ ਸਾਰੇ ਖੁਸ਼ ਰਹੋ ਗੋਡ ਬਲੈਸ ਯੂ 26-28 ਤਰੀਕ ਨੂੰ ਮੁੱਲ ਪੁੱਤ ਦਾ ਅਤੇ ਮੁੱਛ ਰੱਖੀ ਆ ਮੈਨੂੰ ਚਲੋ ਜੀ ਫੋਨ ਬਹੁਤ ਸਾਰੇ ਆਉਣ ਲੱਗ ਗਏ ਅਤੇ ਜਿਉਂਦੇ